ਲੱਗ ਜਾਣਾ ਇੱਥੇ, ਸਣੇ ਅਮਰੀਕਾ ਸਣੇ ਕੈਨੇਡਾ ਲੈ ਜਾਣੇ ਉਹਨੇ। ਕੀ ਕਰਦਾ ਕਿੱਥੇ ਸਿੱਟਦਾ ਇਹ ਤਾਂ ਉਹੀ ਜਾਣੇ, ਪਰ ਇਹੋ ਜਿਹੇ ਸਮੇਂ ਮਿਲ ਜਾਣੇ ਆ ਸਰੀਰ ਦੇ ਵਿੱਚ। ਇਹ ਕੇਵਲ ਨਾਮ ਦਾ ਰੂਪ ਆ ਗੁਰੂ ਗ੍ਰੰਥ ਸਾਹਿਬ ਸਾਰਾ ਨਾਮ ਦਾ। ਜਿਨ੍ਹਾਂ ਨੇ ਉਹ ਗੱਲ ਬਚਨ ਸਾਂਭ ਲਿਆ ਉਹਨਾਂ ਦੇ ਰੋਮ ਰੋਮ ਦੇ ਵਿੱਚ ਉਹ ਪ੍ਰਗਟਿਆ। ਸੋ ਮੇਰੀ ਤਾਂ ਇਹ ਬੇਨਤੀ ਹੈ, ਦੇਖੋ ਇੱਕ ਅਸੂਲ ਜਿਹਾ ਬਣਾਓ, ਕਿੰਨਾ ਆਪਾਂ ਸਤਿਕਾਰ ਕਰਦੇ ਗੁਰੂ ਗ੍ਰੰਥ ਸਾਹਿਬ ਦਾ, ਸਿਰ 'ਤੇ ਚੱਕ ਕੇ ਲਿਆਉਂਦੇ, ਕਿੰਨਾ ਚੌਰ ਕਰਦੇ ਹਾਂ ਉਹਨੂੰ। ਫਿਰ ਇੰਨਾ ਵੀ ਆ, ਇਸ ਤੋਂ ਵੱਡੀ ਕੋਈ ਚੀਜ਼ ਨਹੀਂ ਹੈ, ਕੋਈ ਹੋਰ ਹੈ ਹੀ ਨਹੀਂ ਇਸ ਤੋਂ ਵੱਡੀ ਹਸਤੀ। ਦਿਲ ਵਿੱਚ ਇਹੋ ਜਿਹਾ ਫੀਲਿੰਗ ਆ, ਪਰ ਉਹਦੇ ਘਰ ਆ ਜੀ, ਆਪਾਂ ਗੱਲ ਨਾ ਸੁਣੀਏ, ਉਹਦੇ ਕੋਲ ਨਾ ਬੈਠੀਏ, ਆਪਣੇ ਕੋਲ ਪ੍ਰਾਹੁਣਾ ਆ ਜਾਏ, ਆਪਾਂ ਉਹਦੀ ਗੱਲ ਨਾ ਸੁਣੀਏ ਤਾਂ ਕਿੱਦਾਂ ਉਹ ਫੀਲ ਕਰਦਾ। ਕੋਈ ਵੀ ਆ ਜਾਏ, ਕੋਈ ਮਿਨਿਸਟਰ ਆ ਜਾਏ, ਉਹਨੂੰ ਸਾਰਾ ਪਰਿਵਾਰ ਉਹਦੇ ਆਲੇ ਦੁਆਲੇ ਹੁੰਦਾ, ਕੰਮ ਛੱਡ ਕੇ ਸਭ ਕੁਛ ਉਹਦੀ ਗੱਲ ਨੂੰ ਪਹਿਲ ਦਿੰਦਾ, ਵੀ ਇਹਦੀ ਗੱਲ ਸੁਣੀਏ। ਸੋ ਮੇਰੇ ਤਾਂ ਇਹੋ ਜਿਹੀਆਂ ਜੋ ਬਚਨ ਆ ਨਾ, ਜੇ ਪਰਿਵਾਰ ਦਾ ਇਕੱਲਾ ਇਕੱਲਾ ਮੈਂਬਰ ਇੱਕ ਇੱਕ ਵੀ ਵਿੱਚ ਨਹੀਂ ਸਾਂਭ ਲਏ ਤਾਂ ਸਾਰੇ ਪਰਿਵਾਰ ਦੀਆਂ ਹਾਜ਼ਰੀਆਂ ਦਰਗਾਹ 'ਚ ਲੱਗ ਸਕਦੀਆਂ। ਅਸੀਂ ਸੰਤੋਖ ਲੱਭਦੇ ਫਿਰਦੇ ਹਾਂ, ਮਹਾਰਾਜ ਕਹਿੰਦੇ ਆ ਸੰਤੋਖ ਰੁੱਖ ਆ ਇਹ, ਨਾਨਕ ਗੁਰ ਸੰਤੋਖ ਰੁੱਖ, ਇਹ ਸੰਤੋਖ ਦਾ ਹੀ ਰੁੱਖ ਆ, ਇੱਥੋਂ ਹੀ ਮਿਲਣਾ। ਜੇ ਸਾਨੂੰ ਵਿਸ਼ਵਾਸ ਹੁੰਦਾ, ਸਤਿਗੁਰ ਸਾਨੂੰ ਵਾਰ ਵਾਰ ਦੱਸਦੇ ਆ, ਨਾਨਕ ਦੁਖੀਆ ਸਭ ਸੰਸਾਰ, ਜੇ ਇਸ ਵਚਨ 'ਤੇ ਵਿਸ਼ਵਾਸ ਆ ਜਾਏ ਫਿਰ ਅਮਰੀਕਾ 'ਚ ਅਸੀਂ ਕਿੱਥੇ ਲੱਭ ਲਾਂਗੇ ਸੁੱਖ? ਜੇ ਗੁਰੂ ਨਾਨਕ ਸਿੰਘ ਨੇ ਕਹਿਤਾ ਵੀ ਸਾਰਾ ਸੰਸਾਰ ਹੀ ਦੁਖੀ, ਫਿਰ ਅਸੀਂ ਕਿਹੜੀ ਚੀਜ਼ 'ਚੋਂ ਸੁੱਖ ਲੱਭ ਲਾਂਗੇ? ਪਰ ਉਹਨੂੰ ਜੋ ਸਾਡੇ ਸੁੱਖ ਅਸੀਂ ਜੋ ਚਾਹਨਾ ਨੇ, ਉਹ ਇਹ ਨਹੀਂ ਕਹਿੰਦਾ ਵੀ ਇਹ ਤੁਹਾਡੇ ਕੋਲ ਹੋਣੇ ਨਹੀਂ ਚਾਹੀਦੇ। Dad.